ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਲੁੱਟਾ ਖੋਹਾਂ ਕਰਨ ਵਾਲੇ ਗਰੋਹ ਦੇ 2 ਮੈਂਬਰ 2 ਪਿਸਟਲ ਸਮੇਤ ਕੀਤੇ ਗ੍ਰਿਫਤਾਰ। ਧੂਰੀ ਜ਼ਿਲ੍ਹਾ ਸੰਗਰੂਰ ਵਿਖੇ 24/22 ਨੂੰ ਫਾਇਰ ਕਰਕੇ ਮਨੀ ਚੇਂਜਰ ਪਾਸੋਂ ਵੀ ਲੁੱਟੇ ਸਨ 70,000 ਰੁਪਏ। ਡਾਕਟਰ ਸੰਦੀਪ ਕੁਮਾਰ ਸ਼ਰਮਾ, ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਥਾਣਾ ਸਿਟੀ ਬਲਾਚੌਰ ਪੁਲਿਸ ਵੱਲੋਂ ਪਿਸਤੌਲ ਦੀ ਨੁੱਕ 'ਤੇ ਲੁੱਟਾ ਖੋਹਾ ਕਰਨ ਵਾਲੇ 2 ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 2 ਪਿਸਟਲ ਸਮੇਤ 2 ਰੌਂਦ ਬਰਾਮਦ ਕੀਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਸੰਦੀਪ ਕੁਮਾਰ ਸ਼ਰਮਾ, ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਜੀ ਨੇ ਦੱਸਿਆ ਕਿ SI ਸੁਖਪਾਲ ਸਿੰਘ, ਮੁੱਖ ਅਫਸਰ ਥਾਣਾ ਸਿਟੀ ਬਲਾਚੌਰ, ਨੂੰ ਗੁਪਤ ਸੂਚਨਾ ਮਿਲੀ ਕਿ ਕੁਲਵਿੰਦਰ ਸਿੰਘ ਔਰ ਭੂਤ ਵਾਸੀ ਰਾਮਗੜ੍ਹ ਜਵੰਦਾ, ਜ਼ਿਲ੍ਹਾ ਸੰਗਰੂਰ, ਅਤੇ ਲਵਦੀਸ਼ ਸੰਧੂ ਉਰਫ ਲਵ ਵਾਸੀ ਮਹੇੜੂ, ਜ਼ਿਲ੍ਹਾ ਕਪੂਰਥਲਾ, ਜੋ ਕਿ ਬਲਾਚੌਰ ਵਿਖੇ ਕਿਰਾਏ ਦੇ ਮਕਾਨ 'ਤੇ ਰਹਿੰਦੇ ਹਨ, ਇਹਨਾਂ ਪਾਸ ਨਜਾਇਜ਼ ਪਿਸਟਲ ਹਨ ਜਿਨ੍ਹਾਂ ਦੇ ਰੇਡ ਕਰਕੇ ਸਮੇਤ ਪਿਸਟਲ ਕਾਬੂ ਕੀਤਾ ਜਾ ਸਕਦਾ ਹੈ। ਕੋਈ ਵੱਡੀ ਵਾਰਦਾਤ ਟਲ ਸਕਦੀ ਹੈ, ਜਿਸ 'ਤੇ SI ਸੁਖਪਾਲ ਸਿੰਘ ਅਤੇ ਮੁੱਖ ਅਫਸਰ ਥਾਣਾ ਸਿਟੀ ਬਲਾਚੌਰ ਨੇ ਸਮੇਤ ਪੁਲਿਸ ਪਾਰਟੀ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਦੋਵਾਂ ਦੋਸ਼ੀਆਂ ਨੂੰ 2 ਪਿਸਟਲ ਸਮੇਤ 2 ਰੌਂਦ ਕਾਬੂ ਕੀਤਾ। ਦੌਰਾਨ ਪੁੱਛਗਿੱਛ ਦੋਸ਼ੀਆਂ ਨੇ ਮੰਨਿਆ ਕਿ ਉਹਨਾਂ ਨੇ ਮਿਤੀ 24/22 ਨੂੰ ਧੂਰੀ ਜ਼ਿਲ੍ਹਾ ਸੰਗਰੂਰ ਵਿਖੇ ਇੱਕ ਮਨੀ ਐਕਸਚੇਂਜ ਪਾਸੋਂ 2 ਫਾਇਰ ਕਰਕੇ 70,000 ਰੁਪਏ ਲੁੱਟੇ ਸਨ। ਇਸ ਸੰਬੰਧੀ ਥਾਣਾ ਸਿਟੀ ਧੂਰੀ ਵਿਖੇ ਵੀ ਇਹਨਾਂ ਦੋਹਾਂ ਦੋਸ਼ੀਆਂ ਵਿਰੁੱਧ ਮੁਕੱਦਮਾ ਰਜਿਸਟਰਡ ਹੈ। ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੇ ਦੀ ਪੁੱਛਗਿੱਛ ਅਮਲ ਵਿੱਚ ਲਿਆਂਦੀ ਜਾਵੇਗੀ। ਆਓ ਦੇਖਦੇ ਹਾਂ ਬਲਾਚੌਰ ਤੋਂ ਜਤਿੰਦਰ ਪਾਰਕਲੇਰ ਦੀ ਪੂਰੀ ਰਿਪੋਰਟ। ਸਾਡਾ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਲਾਈਕ ਜ਼ਰੂਰ ਕਰੋ ਜੀ। ਸਮਾਨ ਆ ਲੈਣ ਦਿਓ, ਸਮਾਨ ਆ ਜਾਂਦੇ ਆਓ ਫਿਰ। ਇਨਫੋਰਮੇਸ਼ਨ ਆਈ ਸੀਗੀ ਜੀ ਸਾਡੇ ਏਰੀਏ ਦੇ ਵਿੱਚ ਲੁਟੇਰਿਆਂ ਦਾ ਗੈਂਗ ਘੁੰਮ ਰਿਹਾ, ਉਹਦੇ ਵਿੱਚ ਅਸੀਂ ਸੋਰਸ ਇਨਫੋਰਮੇਸ਼ਨ 'ਤੇ 2 ਮੁੰਡੇ ਗ੍ਰਿਫਤਾਰ ਕੀਤੇ। ਇੱਕ ਨਾਂ ਕੁਲਵਿੰਦਰ ਸਿੰਘ ਜਿਹੜਾ ਕਿ ਸੰਗਰੂਰ ਜ਼ਿਲ੍ਹੇ ਦਾ ਹੈ, ਔਰ ਇੱਕ ਲਵਦੀਪ ਸੰਧੂ ਹੈ ਜਿਹੜਾ ਕਿ ਫਗਵਾੜਾ ਏਰੀਏ ਦਾ ਰਹਿਣ ਵਾਲਾ। ਔਰ ਇਹਨਾਂ ਦੋਨਾਂ ਕੋਲੋਂ 2 ਪਿਸਤੌਲ ਬਰਾਮਦ ਹੋਏ, 2 ਲਾਈਫ ਕਾਰਟਜ ਵੀ ਬਰਾਮਦ ਹੋਈਆਂ ਕਮਿਟਮੈਂਟ ਦੇ। ਔਰ ਇਹਨਾਂ ਦੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਦੇ ਉੱਤੇ ਆਲਰੇਡੀ 24/4 ਨੂੰ ਧੂਰੀ ਦੇ ਵਿੱਚ ਇਹਨਾਂ ਨੇ ਇੱਕ ਵਾਰਦਾਤ ਕੀਤੀ ਹੈ ਜਿੱਥੇ ਕਿ ਇਹਨਾਂ ਨੇ 70,000 ਰੁਪਇਆ ਇੱਕ ਮਨੀ ਚੇਂਜਰ ਕੋਲੋਂ ਲੁੱਟਿਆ ਸੀ। ਅਤੇ ਉਸ ਤੋਂ ਇਲਾਵਾ ਵੀ ਇਹਨਾਂ ਦੇ ਉੱਤੇ ਕਾਫੀ ਮੁਕੱਦਮੇ ਦਰਜ ਨੇ ਜੀ। ਜਿਹੜਾ ਕੁਲਵਿੰਦਰ ਆ ਉਹਦੇ 'ਤੇ 4 ਮੁਕੱਦਮੇ ਦਰਜ ਨੇ ਜਿਹੜੇ ਕਿ ਸਾਰੇ ਲੁੱਟਾਂ ਖੋਹਾਂ ਦੇ ਨੇ, ਔਰ ਇੱਕ ਸ਼ਰਾਬ ਦਾ ਵੀ ਹੈ। ਔਰ ਲਵਦੀਸ਼ ਦੇ ਉੱਤੇ 302 ਦਾ ਮੁਕੱਦਮਾ ਦਰਜ ਹੈ, ਜਿਹਦੇ ਵਿੱਚੋਂ ਇਹ ਕਾਫੀ ਪਾਰਟ ਆਫ ਸਜ਼ਾ ਇਹ ਛੋਟਾ ਸੀਗਾ, ਉਹਦੇ ਜਵੇ ਨਾਲ ਸੀਗਾ ਉਸ ਟਾਈਮ 'ਤੇ ਇੱਥੇ ਹੋਇਆ ਸੀ ਦਰਜ, ਅਤੇ ਪਾਰਟਲੀ ਸਜ਼ਾ ਕੱਟ ਚੁੱਕਾ ਉਹਦੇ ਵਿੱਚ। ਆਈ ਥਿੰਕ ਥੋੜ੍ਹੀ ਜਿਹੀ ਸਜ਼ਾ ਜੀ ਬਾਕੀ ਰਹਿੰਦੀ, ਅਤੇ ਮਿਸ ਕਰ ਗਿਆ ਸੀ ਡੇਟ, ਬੇਲ 'ਤੇ ਆਇਆ ਹੋਇਆ ਸੀ ਅਤੇ ਬੇਲ ਚੈੱਕ ਕਰ ਗਿਆ। ਸੋ ਇਹਨਾਂ ਨੂੰ ਕਾਬੂ ਕੀਤਾ, ਹੁਣ ਅੱਗੇ ਫਰਦਰ ਇਨਵੈਸਟੀਗੇਸ਼ਨ ਆਉਣਗੇ, ਦੇਖਦੇ ਹਾਂ ਅੱਗੇ ਕਿੱਧਰ ਨੂੰ ਕੀ ਮਿਲਦਾ ਸਾਨੂੰ। 302 ਵਾਲੇ ਮਾਮਲੇ 'ਚ ਇਹਨੂੰ ਬੀਓ ਕਰਾ ਦਿੱਤਾ ਗਿਆ ਸੀ? ਨਹੀਂ, ਹਾਲੇ ਕੋਰਟ ਦੇ ਵਿੱਚ ਪੇਸ਼ ਹੋਣਾ ਸੀ, ਇਹਨੇ ਮੇਰੇ ਖਿਆਲ 2 ਤਰੀਕਾਂ ਹੀ ਮਿਸ ਕੀਤੀਆਂ। 24/4 ਦੇ ਇੰਸੀਡੈਂਟ ਤੋਂ ਬਾਅਦ ਨਾ ਕੋਈ ਜਿਹੜੀ ਡੇਟ ਲੱਗੀ ਹੋਏਗੀ ਉਹੀ ਮਿਸ ਕੀਤੀ ਹੈ, ਹਾਲੇ ਪੀਓ ਤਾਂ ਨਹੀਂ ਬਣਿਆ ਇਹ। ਹਾਂਜੀ ਹਾਂਜੀ, ਅਪਰੈਲ 'ਚ ਹਾਂਜੀ ਬਲਕੋ ਕਿਸੇ ਆਇਆ ਇਹ ਧੂਰੀ ਵਾਰਦਾਤ ਕਰਨ ਤੋਂ ਬਾਅਦ ਇੱਧਰ ਆ ਕੇ ਰਹਿ ਰਹੇ ਸੀ ਜੀ। ਪਹਿਲਾਂ ਲੁਧਿਆਣੇ ਰੁਕੇ, ਫਿਰ ਹਫ਼ਤਾ ਕੁ ਪਹਿਲਾਂ ਇਹ ਬਲਾਚੌਰ ਏਰੀਆ ਦੇ ਵਿੱਚ ਆ ਗਏ ਸੀ।
ਅਤੇ ਕਿਰਾਏ 'ਤੇ ਮਕਾਨ ਲੱਭ ਰਹੇ ਸੀ ਕਿ ਰਹਿ ਲਈਏ ਕਿਸੇ, ਇੱਥੇ ਉਹਨਾਂ ਦੇ ਕੋਈ ਠਾਰ ਵੀ ਸੀਗੀ, ਦੋਸਤ ਹੈਗੇ ਆ, ਉਹ ਹੁਣ ਦੇਖਦੇ ਹਾਂ ਵੀ ਕਿਹੜੇ ਕਿਹੜੇ ਕਿੰਨਾ ਕਿੰਨਾ ਦੇ ਵਿੱਚ ਆਉਂਦਾ, ਉਹ ਸਾਰੇ ਅੰਡਰ ਇਨਵੈਸਟੀਗੇਸ਼ਨ ਹੁਣ ਆਉਣਗੇ ਸਾਡੇ ਕੋਲ। ਸੱਤਰ ਹਜ਼ਾਰ ਦੇ ਕਰੀਬ ਲੁੱਟਿਆ ਸੀ। ਇਹ ਮੈਂ DC ਸਾਹਿਬ ਨਾਲ ਗੱਲ ਕਰਾਂਗਾ ਜੀ, ਉਹ ਆਰਡਰ ਤਾਂ ਆਈ ਥਿੰਕ ਹੈਗੇ ਆ, ਅਤੇ ਚੈੱਕ ਕਰ ਲਾਂਗੇ ਕਿ ਜੇ ਕਿਤੇ ਕੋਈ ਕਈ ਵਾਰੀ ਡੇਟ ਨਿਕਲ ਗਈ ਹੁੰਦੀ ਹੈ ਤਾਂ ਆਰਡਰ ਰਿਨਿਊ ਕਰਾ ਕੇ, ਆਈ ਥਿੰਕ ਲੋਕਾਂ ਨੂੰ ਚਾਹੀਦਾ ਹੈ ਕਿ ਜਦੋਂ ਵੀ ਉਹਨਾਂ ਨੂੰ ਕਿਸੇ ਨੂੰ ਮਕਾਨ ਕਿਰਾਏ 'ਤੇ ਦਿੰਦੇ ਹੈ ਜਾਂ ਕੋਈ ਬਾਹਰੋਂ ਆ ਕੇ ਤੁਹਾਡੇ ਕੋਲ ਰਹਿ ਰਿਹਾ ਹੈ, ਤਾਂ ਉਹਦੀ ਇੰਟੀਮੇਸ਼ਨ ਲੋਕਲ ਪੁਲਿਸ ਨੂੰ ਜ਼ਰੂਰ ਦੇਣੀ ਚਾਹੀਦੀ ਹੈ। ਉਹ ਮੈਂਡੇਟਰੀ ਵੀ ਹੈਗੀ, ਇਹਦੇ 'ਚ ਸਾਰਿਆਂ ਦੀ ਸਿਕਿਉਰਿਟੀ। ਕਿ ਜਿਹੜੇ ਲੋਕ ਬਾਹਰੋਂ ਆ ਕੇ ਰਹਿ ਰਹੇ ਮੇਰੇ ਨੋਟੀਫਿਕੇਸ਼ਨ ਸੀਗਾ, ਪਰ ਮੈਂ DC ਸਾਹਿਬ ਨਾਲ ਗੱਲ ਕਰਾਂਗਾ, ਆਈ ਵਿਲ ਫਾਈਂਡ ਆਊਟ ਦੀ ਆਰਡਰਸ ਕਿਹੜੇ ਹੈਗੇ ਆ। ਅੱਛਾ ਜੀ, ਤੋ 144 ਦੇ ਆਰਡਰ ਹੁੰਦੇ ਆ, ਜੇ ਉਹ ਹੋ ਗਏ ਹੋਣਗੇ ਤਾਂ ਫਿਰ ਅਸੀਂ ਉਹਦੇ ਅਕੋਰਡਿੰਗ, ਨਹੀਂ ਤਾਂ ਫਿਰ ਐਕਸ਼ਨ ਸ਼ੁਰੂ ਕਰਾਂਗੇ। ਨਹੀਂ, ਕੋਈ ਪਰਸੋਂ ਰਾਤ 12:30 ਵਜੇ ਫਾਇਰ ਵੀ ਕੀਤੇ ਜੀ। ਇਹਨਾਂ ਮੁੰਡਿਆਂ ਨੇ ਜੀ? ਹਾਂ, ਕੀਤੇ ਆ ਜੀ। ਇਹਨਾਂ ਦਾ ਆਪਸੀ ਕੋਈ ਮਤਲਬ ਜਿਵੇਂ ਵਟ ਯੂ ਕਾਲ ਕੀ ਸੈਲੀਬ੍ਰੇਸ਼ਨ ਕਾਇੰਡ ਆਫ ਥਿੰਗ ਸੀਗੀ, ਫਾਇਰ ਕਰੋ, ਅੜੋਸੀਆਂ ਪੜੋਸੀਆਂ ਨੇ ਕੰਪਲੇਂਟ ਕੀਤੀ। 6-7 ਦਿਨ ਤੋਂ ਪਹਿਲਾਂ ਆਏ ਆ ਜੀ ਸਾਡੇ ਏਰੀਏ ਦੇ। ਨਹੀਂ, ਹੱਲ ਦਿੱਤਾ ਤਾਂ ਨਹੀਂ, ਬਟ ਉਹੀ ਹੁਣ ਤਫਤੀਸ਼ ਦਾ ਮਸਲਾ ਹੈ ਕਿ ਕੀ ਕਰਨਾ ਸੀ ਇਹਨਾਂ ਨੇ। ਬਿਲਕੁਲ ਪਲੈਨਿੰਗ ਕਰ ਰਹੇ ਸੀ, ਹੁਣ ਪੁੱਛਗਿੱਛ 'ਚ ਸਾਹਮਣੇ ਆਏਗੀ ਗੱਲ ਜੀ, ਹਾਲੇ ਪੁੱਛਗਿੱਛ ਕਰਨੀ ਹੈ ਜੀ। ਹਾਂ, ਤਾਂ ਅੱਧਾ ਘੰਟਾ ਮਿਲਿਆ ਸੀ ਤੁਹਾਡੇ ਕੋਲ ਆ ਗਏ। ਹਾਂਜੀ ਹਾਂਜੀ, ਰਿਮਾਂਡ ਲੈ ਰਹੇ, ਰਿਮਾਂਡ ਲੈ ਕੇ ਫਿਰ ਅੱਗੇ ਫਰਦਰ ਪੁੱਛਗਿੱਛ ਕਰਾਂਗੇ, ਫਿਰ ਸਾਰੀ ਕਲੈਰਿਟੀ ਜੋ ਆਏਗੀ ਤੁਹਾਨੂੰ ਦੁਬਾਰਾ ਦੱਸਾਂ। ਇਹਨਾਂ ਦੀ ਗ੍ਰਿਫਤਾਰੀ ਕੱਲ੍ਹ ਰਾਤ ਨੂੰ, ਕੱਲ੍ਹ ਰਾਤ ਨੂੰ ਪਈ ਹੈ। ਕਾਰਗੁਜ਼ਾਰੀ ਜਿਹੜੀ ਹੈ CIA ਅਤੇ SHO ਬੱਲਾਚੌਰ। SHO ਬੱਲਾਚੌਰ, ਠੀਕ ਹੈ।